ਸਾਰੇ ਕਰਦੇ ਆ, ਪਰਿਵਾਰ ਵਾਲੇ ਤਾਂ ਬੋਲਦੇ ਹੀ ਆ ਕਿਉਂਕਿ ਫਾਦਰ ਸਾਹਿਬ ਹੈ ਨਹੀਂ ਸੀ, ਖਰਚਾ ਕਿਵੇਂ ਨਿਕਲੇਗਾ? ਫਿਰ ਵਿੱਚ ਮੈਂ ਜਿਵੇਂ 200-300-500 ਦਾ ਕੰਮ ਕਰਨਾ, ਕੋਈ ਕੁੜਤਾ ਆ ਗਿਆ ਕਿਸੇ ਦਾ, ਸਕੂਲਾਂ ਦੇ ਲੋਗੋ ਆ ਗਏ, ਕੋਈ ਬੈਚ ਆ ਗਿਆ, ਉਹ ਕਰ ਦਿੰਦੇ ਆ, ਉਹਦੇ ਨਾਲ ਖਰਚਾ ਚੱਲੀ ਜਾਂਦਾ ਸੀ। ਜਿਹੜਾ ਜ਼ਿਆਦਾ ਹੋ ਜਾਂਦਾ ਸੀ ਉਹ ਫਿਰ ਵਿਆਹ 'ਤੇ ਫੜਨੇ ਪੈਂਦੇ ਹੁੰਦੇ ਸੀ। ਅਤੇ ਕੰਮ ਕਰਦੇ ਕਰਦੇ ਜੀ 2009 ਤੋਂ ਲੈ ਕੇ 2014 ਤੱਕ ਤਾਂ ਹਾਲਾਤ ਬਹੁਤ ਖਰਾਬ ਸੀ, 13 ਤੱਕ ਪੂਰੀ ਬੁਰਾ ਹਾਲ ਕਿ ਮੈਂ ਤਾਂ ਦਰਗਾਹ 'ਤੇ ਪੈ ਗਿਆ ਸੀ ਜਾ ਕੇ, ਇੱਕ ਜਗ੍ਹਾ ਦੇ ਉੱਪਰ ਦਰਗਾਹ ਹੈ ਜਿੱਥੇ ਮੈਂ ਸੇਵਾ ਕਰਦਾ ਜਾ ਕੇ। ਐਗਜੀਬਿਸ਼ਨ ਦੇ ਵਿੱਚ ਥੋੜ੍ਹੇ ਬਹੁਤੇ ਪੈਸੇ ਪੂਸੇ ਇਕੱਠੇ ਕਰਕੇ ਫੜ ਫੁੜ ਕੇ ਫਿਰ ਗਿਆ ਉੱਥੇ, ਪਹਿਲੀ ਵਾਰ 2,80,000 ਰੁਪਏ ਲੈ ਕੇ ਆਇਆ ਸੀ ਕਮਾ ਕੇ, ਪਹਿਲੀ ਕਮਾਈ। ਫਿਰ ਉਸ ਤੋਂ ਬਾਅਦ ਤਸਵੀਰਾਂ ਬਣਾਈਆਂ, ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਣਾਇਆ, ਫਿਰ ਹੋਰ ਚੀਜ਼ਾਂ ਬਣਾਉਣ ਲੱਗ ਗਿਆ। ਮੈਨੇ ਇਕੱਠੀਆਂ ਪਿਕਚਰਸ ਬਣਾ ਦਿੱਤੀਆਂ, 30-40 ਪਿਕਚਰਸ ਬਣਾਈਆਂ ਬੈਠ ਕੇ 3-4 ਸਾਲ 'ਚ। ਕੋਈ ਵੀ ਬੰਦਾ ਰਾਤੋਂ ਰਾਤ ਸਟਾਰ ਨਹੀਂ ਬਣਦਾ, ਉਹਦੇ ਵਾਸਤੇ ਪਤਾ ਨਹੀਂ ਕਿੰਨੀਆਂ ਰਾਤਾਂ ਜਾਗਿਆ ਹੁੰਦਾ ਜਦੋਂ ਇੱਕ ਰਾਤ ਆਉਂਦੀ ਹੈ। ਲੋਕ ਤਾਂ ਕਹਿੰਦੇ ਬੰਦਾ ਰਾਤੋਂ ਰਾਤ ਸਟਾਰ ਬਣ ਗਿਆ, ਉਹ ਨਹੀਂ ਹੈ ਇਹ, ਫੇਸਬੁੱਕ ਨਹੀਂ ਹੈ ਜਾਂ ਕੋਈ ਇੰਸਟਾਗ੍ਰਾਮ ਨਹੀਂ ਹੈ, ਬੰਦਾ ਅੱਜ ਵੀਡੀਓ ਪਾਵੇ, ਨੱਚ ਟੱਪ ਕੇ ਦਿਖਾਵੇ, ਗਲਤ ਬੋਲੇ, ਘਰਦਿਆਂ ਨੂੰ ਅੱਗੇ ਕਰਦੇ। ਲੋਕ ਤਾਂ ਅੱਜ ਕੱਲ੍ਹ ਘਰਦੇ ਹੀ ਵੀਡੀਓ ਬਣਾ ਬਣਾ ਕੇ ਪਾਈ ਜਾਂਦੇ ਆ ਕਿ ਸ਼ਾਇਦ ਅਸੀਂ ਚੱਲ ਜਾਈਏ। ਪਰਿਵਾਰ ਨੇ ਨਹੀਂ ਇਸ ਗੱਲ ਦਾ ਇਤਰਾਜ਼ ਕੀਤਾ ਵੀ ਜਵਾਬ ਕਰਦੇ ਆ? ਕਰਦੇ ਆ, ਸਾਰੇ ਕਰਦੇ ਆ, ਪਰਿਵਾਰ ਵਾਲੇ ਤਾਂ ਬੋਲਦੇ ਹੀ ਆ ਕਿਉਂਕਿ ਫਾਦਰ ਸਾਹਿਬ ਹੈ ਨਹੀਂ ਸੀ, ਖਰਚਾ ਕਿਵੇਂ ਨਿਕਲੇਗਾ? ਫਿਰ ਵਿੱਚ ਮੈਂ ਜਿਵੇਂ 200-300-500 ਦਾ ਕੰਮ ਕਰਨਾ, ਕੋਈ ਕੁੜਤਾ ਆ ਗਿਆ ਕਿਸੇ ਦਾ, ਸਕੂਲਾਂ ਦੇ ਲੋਗੋ ਆ ਗਏ, ਕੋਈ ਬੈਚ ਆ ਗਿਆ, ਉਹ ਕਰ ਦਿੰਦੇ ਆ, ਉਹਦੇ ਨਾਲ ਖਰਚਾ ਚੱਲੀ ਜਾਂਦਾ ਸੀ। ਜਿਹੜਾ ਜ਼ਿਆਦਾ ਹੋ ਜਾਂਦਾ ਸੀ ਉਹ ਫਿਰ ਵਿਆਹ 'ਤੇ ਫੜਨੇ ਪੈਂਦੇ ਹੁੰਦੇ ਸੀ। ਫਿਰ ਦਿਨ ਕਿਵੇਂ ਬਦਲੇ? ਦਿਨ ਬਦਲਣ ਵੇਲੇ ਜੀ ਪਹਿਲਾਂ ਤਾਂ ਚੱਲੀ ਗਿਆ ਇੱਦਾਂ ਹੀ, ਫਿਰ ਜਦ ਇਹ ਕੰਮ ਕਰਦੇ ਕਰਦੇ ਜੀ 2009 ਤੋਂ ਲੈ ਕੇ 2014 ਤੱਕ ਤਾਂ ਹਾਲਾਤ ਬਹੁਤ ਖਰਾਬ ਸੀ, 13 ਤੱਕ ਦੇ ਪੂਰੀ ਬੁਰਾ ਹਾਲ ਕਿ ਮੈਂ ਤਾਂ ਦਰਗਾਹ 'ਤੇ ਪੈ ਗਿਆ ਸੀ ਜਾ ਕੇ, ਇੱਕ ਜਗ੍ਹਾ ਦੇ ਉੱਪਰ ਦਰਗਾਹ ਹੈ ਜਿੱਥੇ ਮੈਂ ਸੇਵਾ ਕਰਦਾ ਜਾ ਕੇ, ਅੱਜ ਵੀ ਮੈਂ ਉੱਥੇ ਗੁਸਲ ਕਰਾਉਣਾ ਅਤੇ ਮੈਂ ਉੱਥੇ ਬੈਠਾ ਰਹਿੰਦਾ ਸੀ। ਜੰਗਲ ਹੈ ਉੱਥੇ, ਕੋਈ ਹੋਰ ਆਉਂਦਾ ਨਹੀਂ ਹੈ, ਬਸ ਇਹੀ ਕਹਿੰਦਾ ਹੁੰਦਾ ਸੀ ਕਿ ਮੈਨੇ ਇਹਨਾਂ ਹੱਥਾਂ ਦੀ ਖਾਣੀ ਹੈ, ਕਿਰਤ ਕਰਨੀ ਹੈ ਜੋ ਮੈਨੂੰ ਸਿਖਾਇਆ ਗਿਆ ਕਿ ਮੈਂ ਇੱਥੋਂ ਨਹੀਂ ਲੈਣਾ। ਫੋਟੋਆਂ ਦਾ ਤਾਂ ਪਤਾ ਹੀ ਨਹੀਂ ਸੀ, ਖਾਬੋ ਖਿਆਲ ਨਹੀਂ ਸੀ। ਫਿਰ ਜਦ ਮੈਨੂੰ ਉੱਥੋਂ ਹੀ ਬੈਠ ਕੇ ਖਾਬ ਆਇਆ ਕਿ ਤੂੰ ਨਾ ਕਿਸੇ ਦੀ ਗੱਲ ਸੁਣ ਲਿਆ ਕਰ, ਗੱਲ ਨਹੀਂ ਸੁਣਦਾ, ਅਤੇ ਕੋਈ ਅੱਜ ਬੰਦਾ ਮਿਲੇਗਾ ਉਹਦੀ ਗੱਲ ਸੁਣ ਲਈ। ਮੈਂ ਹੀ ਮੇਰੇ ਸਾਹਮਣੇ ਬੈਠਾ ਸੀ, ਉਹ ਮੈਨੂੰ ਆ ਕੇ ਮਿਲਿਆ ਕਿ ਮੈਂ ਹੀ ਮੇਰੇ ਸਾਹਮਣੇ ਬੈਠਾ, ਮੈਨੂੰ ਦੱਸ ਰਿਹਾ ਕਿ ਅੱਜ ਬੰਦਾ ਮਿਲੇਗਾ ਉਹਦੀ ਗੱਲ ਸੁਣ ਲਈ, ਤੂੰ ਕਿਸੇ ਦੀ ਗੱਲ ਨਹੀਂ ਸੁਣਦਾ। ਕਿਉਂਕਿ ਜਿਹੜਾ ਬੰਦਾ ਟੁੱਟ ਜਾਂਦਾ ਨਾ ਸੰਸਾਰ ਤੋਂ, ਮਨ ਟੁੱਟ ਜਾਂਦਾ, ਜੋ ਮੈਂ ਉੱਥੇ ਦਾ ਨਹੀਂ ਖਾਣਾ, ਫਿਰ ਮੈਨੂੰ ਤਾਂ ਕੋਈ ਕਿਰਤ ਕਰਨੀ ਪਏਗੀ। ਮੈਂ ਉੱਥੇ ਬੈਠਾ ਪਿਆ, 4 ਸਾਲ ਹੋ ਗਏ, ਫਿਰ ਉਹਨਾਂ ਨੇ ਮੈਨੂੰ ਬਾਹਰ ਕੱਢਿਆ। ਮੈਂ ਪਹਿਲੇ ਡਿਵੈਲਪਮੈਂਟ ਇੰਡਸਟਰੀ ਸੈਂਟਰ ਗਿਆ ਜ਼ਿਲ੍ਹਾ ਉਦਯੋਗ ਕੇਂਦਰ, ਉੱਥੋਂ ਮੈਨੂੰ ਐਗਜੀਬਿਸ਼ਨ ਮਿਲੀ ਦਿੱਲੀ ਪ੍ਰਗਤੀ ਮੈਦਾਨ। ਮੈਂ ਪਹਿਲੀ ਪ੍ਰਗਤੀ ਮੈਦਾਨ ਐਗਜੀਬਿਸ਼ਨ ਲਾਈ, ਮੇਰਾ ਦੋਸਤ ਹੈ ਜਗਜੀਤ ਸਿੰਘ, ਉਹਨਾਂ ਨੇ ਮੈਨੂੰ 10,000 ਰੁਪਏ ਦਿੱਤਾ ਉਸ ਟਾਈਮ ਮਦਦ ਵਾਸਤੇ। ਮੇਰਾ ਦੋਸਤ ਹੈ ਡਿਵੈਲਪਮੈਂਟ ਇੰਡਸਟਰੀ ਸੈਂਟਰ 'ਚ ਹੈ ਜਗਜੀਤ ਸਿੰਘ ਜੀ, ਬਹੁਤ ਵਧੀਆ ਬੰਦੇ ਆ, ਗੁਰਸਿੱਖ ਬੰਦੇ ਆ, ਮੈਨੂੰ ਇੰਨਾ ਪਿਆਰ ਕਰਦੇ ਆ, ਅੱਜ ਮੇਰੇ ਬੜੇ ਭਰਾ ਆ, ਮੇਰਾ ਅੱਜ ਵੀ ਉਹਨਾਂ ਨਾਲ ਬਹੁਤ ਪਿਆਰ ਹੈ। ਇੰਨੇ ਸਾਲ ਹੋ ਗਏ, ਕਿਉਂਕਿ ਪਹਿਲਾਂ ਵੀ ਮੈਂ ਉੱਦਾਂ ਦਾ ਸੀ, ਅੱਜ ਤੋਂ 10-15 ਸਾਲ ਪਹਿਲਾਂ, ਅੱਜ ਵੀ ਮੈਂ ਉੱਦਾਂ ਦਾ ਹੀ ਹਾਂ। ਉਹਨਾਂ ਨੇ ਮੈਨੂੰ ਕਿਹਾ ਸੀ, ਮੈਨੇ ਇੱਕ ਚੀਜ਼ ਦੇਖੀ ਜੀ ਤੇਰੇ ਅੰਦਰ ਕਿ ਤੂੰ ਕਦੀ ਬਦਲੇਗਾ ਨਹੀਂ, ਕਹਿੰਦਾ ਮੈਨੂੰ ਉਹੀ ਚੀਜ਼ ਅੱਜ ਆਪਣੇ 'ਤੇ ਮਾਣ ਹੈ ਕਿ ਉਸ 10,000 ਰੁਪਏ ਦੀ ਮੈਨੇ ਮਦਦ ਨਹੀਂ ਕਰੀ ਸੀ, ਉਹ ਪਰਮਾਤਮਾ ਨੇ ਹੀ ਕਰਵਾ ਦਿੱਤੀ ਸੀ। ਕਹਿੰਦੇ ਨਾ ਜਦ ਤੁਸੀਂ ਕੋਈ ਚੀਜ਼ ਕਰਨ ਲੱਗੋ ਤਾਂ ਤੁਹਾਡੇ ਨਾਲ ਪ੍ਰਕਿਰਤੀ ਜੁੜ ਜਾਂਦੀ ਆ ਕੇ, ਤੁਹਾਨੂੰ ਸਪੋਰਟ ਦੇਣ ਲੱਗ ਜਾਂਦੀ ਹੈ, ਬਸ ਫਿਰ ਉਹ ਆਪਣੇ ਆਪ ਹੀ ਚੀਜ਼ਾਂ ਬਣਨ ਲੱਗ ਜਾਂਦੀਆਂ ਹੁੰਦੀਆਂ। ਪਰ ਉਹਦੇ ਵਿੱਚ ਭੱਜਣਾ ਪੈਂਦਾ, ਟਾਈਮ ਸਪੈਂਡ ਕਰਨਾ ਪੈਂਦਾ, ਆਪਣੇ ਆਪ ਨੂੰ ਮਾਰਨਾ ਪੈਂਦਾ। ਬਸ ਜੀ ਪਹਿਲੀ ਐਗਜੀਬਿਸ਼ਨ ਦੇ ਵਿੱਚ ਨਾਮ ਹੋਇਆ ਦਿੱਲੀ ਪ੍ਰਗਤੀ ਮੈਦਾਨ, ਦੂਜੀ ਐਗਜੀਬਿਸ਼ਨ ਦੇ ਵਿੱਚ ਥੋੜ੍ਹੇ ਬਹੁਤੇ ਪੈਸੇ ਪੂਸੇ ਇਕੱਠੇ ਕਰਕੇ ਫੜ ਫੁੜ ਕੇ ਫਿਰ ਗਿਆ ਉੱਥੇ, ਪਹਿਲੀ ਵਾਰ 2,80,000 ਰੁਪਏ ਲੈ ਕੇ ਆਇਆ ਸੀ ਕਮਾ ਕੇ, ਪਹਿਲੀ ਕਮਾਈ। ਫਿਰ ਉਸ ਤੋਂ ਬਾਅਦ ਤਸਵੀਰਾਂ ਬਣਾਈਆਂ, ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਣਾਇਆ, ਫਿਰ ਹੋਰ ਚੀਜ਼ਾਂ ਬਣਾਉਣ ਲੱਗ ਗਿਆ। ਮੈਨੇ ਇਕੱਠੀਆਂ ਪਿਕਚਰਸ ਬਣਾ ਦਿੱਤੀਆਂ, 30-40 ਪਿਕਚਰਸ ਬਣਾਈਆਂ ਬੈਠ ਕੇ 3-4 ਸਾਲ 'ਚ। ਬੜਾ ਪਸੰਦ ਕਰਿਆ ਜੀ ਲੋਕਾਂ ਨੇ, ਕਿਉਂਕਿ ਉਹਨੂੰ ਟਾਈਮ ਵੀ ਬਹੁਤ ਲੱਗਿਆ, ਮੈਂ 2 ਬਣਾ ਚੁੱਕਿਆ ਜੀ, ਲੋਕਾਂ ਨੇ ਬੜਾ ਪਸੰਦ ਕਰਿਆ ਉਹਨੂੰ। ਉਹ ਬਣਾਉਂਦੇ ਬਣਾਉਂਦੇ ਬਸ ਜੀ ਅੱਗੇ ਤੋਂ ਅੱਗੇ ਜੋ ਵੀ ਆ ਗਿਆ, ਕਦੀ ਫਿਰ ਮੋਦੀ ਜੀ ਮਿਲ ਗਏ, ਉਹਨਾਂ ਨੇ ਮੈਨੂੰ
ਬੜਾ ਸਨਮਾਨਿਤ ਕਰਤਿਆ, ਸਮ੍ਰਿਤੀ ਇਰਾਨੀ ਜੀ ਮਿਲ ਗਏ, ਫਿਰ ਮੈਨੂੰ 2020 'ਚ ਰਾਸ਼ਟਰਪਤੀ ਪੁਰਸਕਾਰ ਮਿਲ ਗਿਆ। ਪਹਿਲਾਂ BBC ਵਰਲਡ ਦੇ ਇੰਡੀਆ ਦੇ ਆਇਆ 7 ਭਾਸ਼ਾਵਾਂ 'ਚ, ਫਿਰ BBC ਵਰਲਡ ਦੇ ਵਿੱਚ ਆ ਗਿਆ। ਕਹਿੰਦੇ ਮੋਦੀ ਸਾਹਿਬ ਵੀ ਟਵੀਟ ਕਰਦੇ, ਉਹਨਾਂ ਨੇ ਵੀ ਟਵੀਟ ਕਰਿਆ ਜੀ, ਅਮਿਤਾਭ ਬੱਚਨ ਜੀ ਨੇ ਟਵੀਟ ਕਰਿਆ, ਆਨੰਦ ਮਹਿੰਦਰਾ ਜੀ ਨੇ ਕਰਿਆ, ਰਾਸ਼ਟਰਪਤੀ ਜੀ ਨੇ ਕਰਿਆ, ਸਮ੍ਰਿਤੀ ਇਰਾਨੀ ਜੀ ਨੇ ਕਰਿਆ, ਹੋਰ ਵੀ ਬੜੇ ਹੈਗੇ ਆ ਜਿਨ੍ਹਾਂ ਨੇ ਮੇਰਾ ਟਵੀਟ ਕਰਿਆ। ਕੰਮ ਪਸੰਦ ਆਇਆ, ਦਿਨ ਬਦਲਦੇ ਪਤਾ ਲੱਗਦਾ? ਦੇਖੋ ਜੀ, ਲੱਗਦਾ ਤਾਂ ਹੈ, ਕਿਉਂਕਿ ਜਦ ਆਪਣਾ ਕੋਈ ਵੀ ਬੰਦਾ ਰਾਤੋਂ ਰਾਤ ਸਟਾਰ ਨਹੀਂ ਬਣਦਾ ਹੁੰਦਾ, ਉਹਦੇ ਵਾਸਤੇ ਪਤਾ ਨਹੀਂ ਕਿੰਨੀਆਂ ਰਾਤਾਂ ਜਾਗਿਆ ਹੁੰਦਾ। ਜਦੋਂ ਇੱਕ ਰਾਤ ਆਉਂਦੀ ਹੈ, ਲੋਕ ਤਾਂ ਕਹਿੰਦੇ ਬੰਦਾ ਰਾਤੋਂ ਰਾਤ ਸਟਾਰ ਬਣ ਗਿਆ। ਉਹ ਨਹੀਂ ਹੈ, ਇਹ ਫੇਸਬੁੱਕ ਨਹੀਂ ਹੈ ਜਾਂ ਕੋਈ ਇੰਸਟਾਗ੍ਰਾਮ ਨਹੀਂ ਹੈ, ਬੰਦਾ ਅੱਜ ਵੀਡੀਓ ਪਾਵੇ, ਨੱਚ ਟੱਪ ਕੇ ਦਿਖਾਵੇ, ਗਲਤ ਬੋਲੇ, ਘਰਦਿਆਂ ਨੂੰ ਅੱਗੇ ਕਰਦੇ। ਲੋਕ ਤਾਂ ਅੱਜ ਕੱਲ੍ਹ ਘਰਾਂ ਦੀ ਵੀਡੀਓ ਬਣਾ ਕੇ ਪਾਈ ਜਾਂਦੇ ਆ ਕਿ ਸ਼ਾਇਦ ਅਸੀਂ ਚੱਲ ਜਾਈਏ। ਨਹੀਂ ਨਹੀਂ, ਜਦ ਤੁਸੀਂ ਕੁਛ ਕਰਨਾ ਹੈ ਨਾ, ਉਹਦੇ ਵਾਸਤੇ ਕੁਛ ਹਟ ਕੇ ਕਰੋ, ਅਲੱਗ ਕਰੋ, ਉਹਦੇ ਵਾਸਤੇ ਤੁਹਾਨੂੰ ਟਾਈਮ ਦੇਣਾ ਪਏਗਾ, ਜ਼ਿੰਦਗੀ ਲਗਾਉਣੀ ਪਏਗੀ। ਅਗਰ ਕੁਛ ਅੱਗੇ ਵਧਣ ਵਾਸਤੇ, ਜਾਂ ਆਪਾਂ ਕੁਛ ਕਿਸੇ ਚੀਜ਼ ਦੀ ਇਨੋਵੇਸ਼ਨ ਕਰਦੇ ਹਾਂ ਨਾ, ਅਤੇ ਇਨੋਵੇਸ਼ਨ ਕਰਨੀ ਆਸਾਨ ਨਹੀਂ ਹੁੰਦੀ, ਕੋਈ ਨਵਾਂ ਆਰਟ ਲਿਆਉਣਾ,